ਉਹ ਯਾਰਾ ਅਜਨਤ ਖਾਨ ਹੁੰਦਾ ਪਿਆ ਜੇ ਤਾ ਤੁਸੀਂ ਨੱਚਣਾ ਹੈ ਆਹੋ ਤੇ ਨੱਚ ਟੱਪਣਾ ਲ ਕੰਮ ਵੀ ਬੰਦ ਕਰ ਦਿਓ ਕੋ ਮਸਲਕ ਦਾ ਵੀ ਕੰਮ ਕਰ ਲਓ ਕਦੀ ਸਮਝ ਆਉਂਦੀ ਪਈਏ ਮੇਰੀ ਗੱਲ ਦੀ ਇਹ ਵੀ ਕੰਮ ਕਦੀ ਕਰਕੇ ਵੇਖ ਲਓ ird gird ਵੇਖਿਆ ਕਰੋ ਸਾਡੇ ird gird ਕਿਤੇ ਕੋ ਬਾਦਮਜ਼ਬ ਜ਼ਮੀਨ ਤੇ ਨਹੀਂ ਖਰੀਦਦਾ ਪਿਆ ਪੈਸੇ ਦੀ ਖਾਤਰ ਹੀ ਦੋ ਨੰਬਰਾਂ ਨੂੰ ਜ਼ਮੀਨਾਂ ਵੇਚੀ ਜਾਂਦੇ ਹੋ ਮਸਜਿਦ ਮਦਰਸਾ ਵੇਖੋ ਤੁਹਾਡੇ ird gird ਕੋ ਬਣਦਾ ਪਿਆ ਸੁਣਿਆ ਤਾਂ ਕਿ ਕੋਈ ਨਹੀਂ ਨਹੀਂ ਬਣਦਾ ਬਸ ਬਣਾਓ ਇਹ ਤੁਹਾਨੂੰ ਕਮਰਾਨ ਭਾਈ ਨੂੰ ਤਾਂ ਪਤਾ ਜਿਹੜਾ ਮੈਂ ਇਸ਼ਾਰਾ ਦਿੱਤਾ ਹੈ ਸਾਡੇ ਕਈ ਨਾਥ ਖਾਨ ਤੇ ਖਤੀਬ ਨੱਚਣ ਟੱਪਣ ਦਾ ਕੰਮ ਹੀ ਹੈ ਨਹੀਂ ਜਨਾਬ ਸਾਡੀ ਕੌਮ ਵੀ ਰਾਜ਼ੀ ਰਹਿੰਦੀ ਹੈ ਇੱਕ ਵਕਤ ਆਏਗਾ ਤੁਹਾਨੂੰ ਇਹ ਮੇਰੀਆਂ ਗੱਲਾਂ ਯਾਦ ਆਉਣਗੀਆਂ ਇਹਨਾਂ ਗੱਲਾਂ ਦੀ ਵਜ੍ਹਾ ਤੋਂ ਸਾਡੇ ਕਈ ਦੁਸ਼ਮਣ ਬਣੇ ਫਿਰਦੇ ਨੇ ਉਹ ਰਾਤੀ ਸਾਨੂੰ ਮਾਰ ਕੇ ਸੌਂਦੇ ਨੇ ਅਸੀਂ ਸਵੇਰੇ ਫੇਰ ਉੱਠ ਖਲੋਈਦਾ ਹਾਏ 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 ਸੁਭਾਨ ਅੱਲਾਹ ਸਮਝ ਆ ਰਹੀ ਨਾ ਪੈਗਾਮ ਤੇ ਅਸੀਂ ਹੁਣ ਦੇਣਾ ਹੀ ਦੇਣਾ ਹੈ ਨਾ ਜੀ ਵਾਹ ਵਾਹ ਆ ਕਿਉਂ ਆ ਜਰਾ ਜੀ ਇਦਾਂ ਹੀ ਹੁੰਦਾ ਔਰ ਉਹਨਾਂ ਦੀ ਵਜ੍ਹਾ ਤੋਂ ਬਸ اوقات ਸਾਨੂੰ 5-5 ਘੰਟੇ ਲੇਟ ਕੀਤਾ ਜਾਂਦਾ ਨਹੀਂ ਹਜ਼ੂਰ ਤੁਸੀਂ ਪਹਿ तो मैं क्या फिर जेनू सुनना पढ़ा ला नहीं तो वजो फरमान ओवरऑल मैं तरबीयत करता पा क्योंकि हजूर द मैं फिल कीती है तो मैं थोड़ा तो दिल तोड़ा अच्छी बात नहीं है ठीक है लेकिन अगर तरबीयत ना करा भी अच्छी बात नहीं